ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਮੇਰੇ ਚੈਨਲ এডੂਕੇਸ਼ਨ ਸਿੰਪਲੀਫਾਈਡ ਬਾਈ OCDC ਤੇ ਸੋ ਵਾਰਡ اٹੈਂਡੈਂਟ ਫਾਈਨਲ ਨਤੀਜਿਆਂ ਦੀ ਬਹੁਤ ਬੇਸਬਰੀ ਨਾਲ ਉਡੀਕ ਹੋ ਰਹੀ ਸੀ ਤਾਂ ਕੱਲ ਲਾਸਟ ਕਾਉਂਸਲਿੰਗ ਸੀ ਜਿਹੜੀ ਕਿ 10 ਦਸੰਬਰ 2021 ਨੂੰ ਸੋ 10 ਦਸੰਬਰ 2021 ਨੂੰ ਹੀ ਪ੍ਰੋਵੀਜ਼ਨਲ ਫਾਈਨਲ ਜੋ ਲਿਸਟ ਹੈਗੀ ਹੈ ਉਹ ਪਾ ਦਿੱਤੀ ਗਈ ਹੈ ਮਤਲਬ ਫਾਈਨਲ ਮਾਰਕਸ ਫਾਈਨਲ ਨੇ ਪਰ ਇਹਨਾਂ ਨੇ ਲਿਸਟ ਨੂੰ ਹਜੇ ਵੀ ਪ੍ਰੋਵੀਜ਼ਨਲ ਹੀ ਲਿਖਿਆ ਹੈ ਸੋ ਕੁਝ ਲਾਸਟ ਵਾਲੀਆਂ categories ਜਿਵੇਂ ਕਿ ਹੈਂਡੀਕੈਪ sport sport quota ਹਨਾ sports ਦੇ ਵਿੱਚ ਵੀ ਕਾਫੀ ਅੱਗੇ categories ਆ ਗਈ ਨੇ ਜਿਵੇਂ ਕਿ sports एससी sports आरओ sports ਜਨਰਲ ਤਾਂ ਉਹਨਾਂ ਨੂੰ ਛੱਡ ਕੇ ਬਾਕੀਆਂ ਦੀ ਜਿਹੜੀ ਲਿਸਟ ਹੈਗੀ ਉਹ ਆਲਮੋਸਟ ਫਾਈਨਲ ਹੀ ਮੰਨ ਕੇ ਚੱਲੋ ਬਿਲਕੁਲ ਫਾਈਨਲ ਹੀ ਹੈ ਉਹ ਕਿਉਂਕਿ ਉਹ ਜਿਵੇਂ ਜਨਰਲ ਓਪਨ ਚ 312 ਨੇ ਤਾਂ 312 ਦਾ ਹੀ ਰਿਜ਼ਲਟ ਪਾਇਆ ਹੋਇਆ ਹੈ ਠੀਕ ਹੈ ਪਰ ਜਿਹੜੇ ਲਾਸਟ ਵਾਲੀਆਂ ਪੋਸਟਾਂ ਨੇ ਉਹਦੇ 'ਚ ਕੁਝ ਜ਼ਿਆਦਾ ਦਾ ਮਤਲਬ ਰਿਜ਼ਲਟ ਪਾਇਆ ਪਰ ਉਹਦੇ 'ਚ ਪੋਸਟਡ ਹੀ ਹੈਗੀ ਉਹ 4-4 ਕੀ ਨੇ ਠੀਕ ਹੈ ਜੀ ਸੋ ਫਾਈਨਲ ਮੈਰਿਟ ਕਿੰਨੀ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜਨਰਲ ਓਪਨ ਆ ਉਹ ਲਾਸਟ 66 ਤੱਕ ਗਈ ਹੈ ਠੀਕ ਹੈ ਸਟਾਰਟਿੰਗ ਤੋਂ ਪਤਾ ਇਹ ਵੀ 80 ਪਲੱਸ ਸੀਗੀ ਹੈ ਤਾਂ ਜਨਰਲ EWS ਜਿਹੜੀ ਹੈਗੀ ਆ ਉਹ ਲਾਸਟ ਗਈ ਆ 63 ਤੇ SC MB 64 ਤੇ SC RO 66 BC 57 ESM ਜਨਰਲ 56 ਤੇ ESM SC 54 ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੇ ਬਾਕੀ ਪੋਸਟਾਂ ਨੇ ਉਹਦੇ ਵਿੱਚ ESM SCRO ਇਹ ਹੈਗੀ 57 ਠੀਕ ਹੈ ਐਕਸ ਸਰਵਿਸ ਮੈਨ ਕੋਟਾ ਜਿਹਨੂੰ ਕਹਿੰਦੇ ਆ ESM BC ਹੈਗੀ 55.75 ਸਪੋਰਟਸ ਜਨਰਲ 29.75 ਸਪੋਰਟਸ SC MB 30 ਸਪੋਰਟਸ SC RO 30 ਤਾਂ ਜਿਹੜੀ ਇਹ ਆਪਾਂ ਗੱਲ ਕਰੀਏ ਸਪੋਰਟਸ ਜਨਰਲ ਸਪੋਰਟਸ SC ਸਪੋਰਟਸ ਐਸਸੀ ਐਮਬੀ ਤੇ ਆਰਓ ਹਨਾ ਇਹਨਾਂ ਦੀ ਜਿਹੜੀ ਮੈਰਿਟ ਲਿਸਟ ਹੈਗੀ ਇਹਦੇ ਚ ਪੋਸਟਾਂ ਬਹੁਤ ਘੱਟ ਨੇ ਪਰੇਚ ਨੰਬਰ ਕਾਫੀ ਜ਼ਿਆਦਾ ਬੱਚਿਆਂ ਦੇ ਪਾਏ ਗਏ ਨੇ ਇਥੇਕ ਜਿਨ੍ਹਾਂ ਨੂੰ ਕਾਉਂਸਲਿੰਗ ਤੇ ਬਲੈਸ ਸਾਰਿਆਂ ਦੇ ਪਾਏ ਨੇ ਪਰ ਜੇ ਆਪਾਂ ਇਸ ਐਸਐਮ ਐਸਸੀ ਤੱਕ ਗੱਲ ਕਰੀਏ ਸਟਾਰਟਿੰਗ ਫਰੋਮ ਜਨਰਲ ਤਾਂ ਉਹ ਲਗਭਗ ਫਾਈਨਲ ਹੈ ਉਹਦੇ ਚ ਕੋਈ ਚੇਂਜ ਆਉਣ ਦੀ ਸੰਭਾਵਨਾ ਹੁਣ ਨਹੀਂ ਹੈਗੀ ਠੀਕ ਹੈ ਸੋ ਉਮੀਦ ਕਰਦਾ ਕਿ ਬਹੁਤ ਰਿਜ਼ਲਟ ਵਧੀਆ ਲੱਗਿਆ ਹੋਵੇਗਾ ਬੱਚਿਆਂ ਨੂੰ ਠੀਕ ਹੈ ਜਿਨ੍ਹਾਂ ਬੱਚਿਆਂ ਨੂੰ ਉਮੀਦ ਸੀਗੀ ਕਿ ਅਸੀਂ ਸਿਲੈਕਟ ਹੋ ਸਕਦੇ ਹਾਂ ਤਾਂ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਈ ਹੈ ਜਿਨ੍ਹਾਂ ਦੀ ਨਹੀਂ ਹੋਈ ਹੈ ਉਹ ਵੀ ਲੱਗੇ ਰਹਿਣ ਪ੍ਰਮਾਤਮਾ ਜ਼ਰੂਰ ਸੁਨੇਗਾ ਸੋ ਇਹ ਜਿਹੜਾ ਵੀਡੀਓ ਤੁਹਾਨੂੰ ਮੈਂ ਪਾਇਆ ਹੈਗਾ ਬਿਲਕੁਲ 100% ਸਹੀ ਹੈ ਠੀਕ ਹੈ ਕੋਈ ਫੇਕ 뷰 ਵਾਲਾ ਚੱਕਰ ਇੱਥੇ ਨਹੀਂ ਹੈਗਾ ਜੇ ਆਪਾਂ ਨੂੰ ਪਲੇਟਫਾਰਮ ਮਿਲਿਆ ਹੈਗਾ ਤਾਂ ਬੱਚਾ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਲੋਕ ਰੋਜ਼ ਵੀਡੀਓ ਪਾ ਰਹੇ ਸੀ ਰਿਜ਼ਲਟ 15 ਤੱਕ ਆ ਸਕਦਾ ਹੈ ਜਦੋਂ ਪਤਾ ਹੀ ਨਹੀਂ ਹੁੰਦਾ ਤਾਂ ਕੁਝ ਵੀ ਲਿਖਣ ਦੀ ਲੋੜ ਨਹੀਂ ਹੁੰਦੀ ਠੀਕ ਹੈ 200 ਪੋਸਟਾਂ ਵੱਧ ਸਕਦੀਆਂ ਨੇ ਤਾਂ ਇਸ ਤਰ੍ਹਾਂ ਦਾ ਹਜੇ ਤੱਕ ਕੁਝ ਵੀ ਹੈ ਨਹੀਂਗਾ ਇੱਥੇ ਲਿਸਟ ਦੇ ਵਿੱਚ ਤਾਂ ਫਾਈਨਲ ਰਿਜ਼ਲਟ ਆਲਮੋਸਟ ਪੈ ਚੁੱਕਿਆ ਹੈਗਾ ਠੀਕ ਹੈ ਐਕਸਪੀਰੀਅੰਸ ਦੇ ਨੰਬਰ ਵੀ ਇਸ ਦੇ ਵਿੱਚ ਜੁੜੇ ਹੋਏ ਨੇ ਸੋ ਕਿਸੇ ਨੇ ਇਹ ਨਹੀਂ ਦੁਬਾਰਾ ਹੁਣ ਮਤਲਬ ਸੋਚਣਾ ਹੈਗਾ ਵੀ ਇਹ ਚ ਨੰਬਰ ਜੋੜਨਗੇ ਨਹੀਂ ਜੁੜਨਗੇ ਜਾਂ ਕੀ ਨੂੰ ਹਾਜ ਬਲਾਇਆ ਜਾਵੇਗਾ ਵੇਟ ਲਿਸਟ ਪਾਵੇਗੇ ਨਹੀਂ ਪਾਵੇਗੇ ਜੋ ਹੋਵੇਗਾ ਤੁਹਾਡੇ ਸਾਹਮਣੇ ਹੋਵੇਗਾ ਠੀਕ ਹੈ ਵੈਬਸਾਈਟ ਤੇ ਆਵੇਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਠੀਕ ਹੈ ਜੀ ਤੁਸੀਂ ਆਪ ਵੀ ਦੇਖ ਸਕਦੇ ਹੋ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਪਰ ਇਨਫੋਰਮੇਸ਼ਨ ਉਹੀ ਸ਼ੇਅਰ ਕਰਨ ਦਾ ਫਾਇਦਾ ਜੋ ਆਥੈਂਟਿਕ ਹੋਵੇ ਠੀਕ ਹੈ ਜੀ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸਾਰੀ ਜਾਣਕਾਰੀ ਤੁਹਾਨੂੰ ਸਹੀ ਇਸ ਦੇ ਉੱਪਰ ਮਿਲਦੀਆਂ ਰਹਿਣਗੀਆਂ ਥੈਂਕ ਯੂ ਥੈਂਕਸ ਫॉर ਵਾਚਿੰਗ